ਗੱਲ ਸਿੱਧਾ ਕਹਿਣਾ, ਲੋਕ ਕਹਿੰਦੇ ਕਿ ਸੁਲਤਾਨ, ਦਿਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਅਫੈਂਡੈਂਡ। ਹਾਂ ਮੈਂ ਅਫੈਂਡੈਂਡ। ਜਿਹੜਾ ਬੰਦਾ ਧੂੰਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ, ਉਹਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ, ਪੱਗ ਵਾਲੇ ਜਵਾਕਾਂ ਦੇ ਮੂਹਰੇ ਨਾਲ ਦੋ ਪੱਗ ਵਾਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ। ਜੇ ਏਡਾ ਹੀ ਪੰਜਾਬ ਸੀਗਾ ਨਾ, ਖਾੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਹਰੇ। ਕਮੈਂਟ ਕਮੁੰਟ ਮੈਂ ਕੋਈ ਕੋਈ ਨਹੀਂ ਪੜ੍ਹ ਰਿਹਾ ਅੱਜ, ਟੂ ਦਾ ਪੁਆਇੰਟ ਗੱਲ ਕਰਦੇ ਹਾਂ। ਫਸਟ ਆਫ ਦਾ ਲਾਈਕ ਲੋਕ ਜਿਹੜੇ ਕੁਸ਼ਚਨ ਪੁੱਛ ਰਹੇ ਆ ਕਿ ਦਿਲਜੀਤ ਨਾਲ ਬੀਫ ਪਾਲ ਕੇ ਤੂੰ ਕੰਟਰੋਵਰਸੀ ਪਾ ਕੇ ਤੂੰ ਫੇਮ ਪਾਲਦਾ। ਫੇਮ ਪਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ, ਉਹਨੂੰ ਰੱਬ ਰੱਬ ਕਰਦੇ ਫਿਰਦੇ ਆ ਜਿਨ੍ਹਾਂ ਨੇ ਉੱਥੋਂ ਫੇਮ ਲੈਣੀ ਆ, ਜਿਨ੍ਹਾਂ ਨੇ ਉਹਦੇ ਨਾਲ ਜੁੜ ਕੇ ਆਪਦੇ ਗਾਣੇ ਚਲਾਉਣੇ ਆ ਨਾ, ਉਹ ਅੱਡੀਆਂ ਚੱਟਦੇ ਫਿਰਦੇ ਆ ਉਹਦੀਆਂ ਵੱਡੇ ਵੱਡੇ ਬੈਲੀ। ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਹੈ, ਆਡੇ ਲੈ ਕੇ ਫੇਮ ਨਹੀਂ ਮਿਲਦੀ। ਅਤੇ ਆਡੇ ਉਹੀ ਲਾਉਂਦੇ ਆ ਜਿਨ੍ਹਾਂ 'ਚ ਜ਼ਮੀਰਾਂ ਹੁੰਦੀਆਂ ਜਾਂ ਦਮ ਹੁੰਦੇ ਆ, ਪਹਿਲੀ ਗੱਲ। ਦੂਜੀ ਗੱਲ ਸਿੱਧਾ ਕਹਿਣਾ, ਲੋਕ ਕਹਿੰਦੇ ਕਿ ਸੁਲਤਾਨ, ਦਿਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਅਫੈਂਡੈਂਡ। ਹਾਂ ਮੈਂ ਅਫੈਂਡੈਂਡ। ਜਿਹੜਾ ਬੰਦਾ ਧੂੰਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ, ਉਹਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ, ਪੱਗ ਵਾਲੇ ਜਵਾਕਾਂ ਦੇ ਮੂਹਰੇ। ਬਾਕੀ ਮਾਵਾਂ ਸਭ ਦੀਆਂ ਸਾਂਝੀਆਂ ਨੇ, ਮੈਨੂੰ ਪਤਾ ਸੁਲਤਾਨ ਨੂੰ ਬੇਗਾਨੀਆਂ ਮਾਵਾਂ ਦੀ ਇੱਜ਼ਤ ਕਰਨੀ ਨਹੀਂ ਆਉਂਦੀ। ਉਹਨੇ ਸਿੱਧੂ ਦੀ ਮੰਮੀ ਬਾਰੇ ਵੀ ਬੋਲਿਆ ਸੀ, ਹੀ ਟੋਕਡ ਅਬਾਊਟ ਮਾਮਾ ਮਾਈ ਮਮ ਟੂ, ਹੈ ਨਾ। ਬਟ ਦਿਲਜੀਤ ਨੂੰ ਉਹ ਚੀਜ਼ਾਂ ਤਾਂ ਨਹੀਂ ਪਤਾ ਹੋਣੀਆਂ, ਕਿਉਂਕਿ ਦਿਲਜੀਤ ਉਹਦੇ ਚੁੱਪ ਸੀ। ਦਿਲਜੀਤ ਨੂੰ ਕਲਾਊਡ ਚਾਹੀਦਾ ਹੁੰਦਾ। ਸਭ ਤੋਂ ਵੱਡੀ ਵਿੱਚ ਦਿਲਜੀਤ ਆ, ਦਿਲਜੀਤ ਦਸਾਂਝ ਇਜ਼ ਅ ਵਿੱਚ, ਹੀ ਇਜ਼ ਨੋਟ ਅ ਮੈਨ ਐਨੀ ਮੋਰ। ਪਤਾ ਨਹੀਂ ਲੂਮੀਨਾਟੀਆਂ ਦੇ ਰਿਚੁਅਲ 'ਚ ਉਹਦੇ ਨਾਲ ਕੀ ਹੋਇਆ, ਜੇ ਮੈਂ ਉਹ ਗੱਲਾਂ ਖੋਲਤੀਆਂ ਪਤਾ ਨਹੀਂ, ਹੈ ਨਾ। ਖੁਦ ਸਰਚ ਕਰਿਓ ਕਿ ਜਦੋਂ ਲੂਮੀਨਾਟੀ ਵਾਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਥੋਤੋਂ ਕੀ ਮੰਗਦੇ ਹੁੰਦੇ ਆ। ਦਿਲਜੀਤ ਨੂੰ ਤਾਂ ਪਤਾ ਹੋ, ਸੋਨਾਲੀ ਨੂੰ ਤਾਂ ਪਤਾ ਹੋਊਗਾ, ਨਾਲ ਦੋ ਪੱਗ ਵਾਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ। ਜੇ ਏਡਾ ਹੀ ਪੰਜਾਬ ਸੀਗਾ ਨਾ, ਖਾੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਹਰੇ। ਹਜੇ ਵੀ ਵੀਡੀਓ ਨੈੱਟ 'ਤੇ ਪਈ ਹੈ, ਤੇਰਾ ਮੂੰਹ ਉੱਡਿਆ ਹੋਇਆ ਸੀ ਉਸ ਟਾਈਮ 'ਤੇ, ਅਤੇ ਤੈਨੂੰ ਹਜੇ ਵੀ ਪਤਾ ਦੋਜ਼ ਪੀਪਲ ਆਰ ਸਟਿਲ ਅਰਾਊਂਡ ਯੂ ਨਾ, ਐਂਡ ਯੂ ਕੈਨ ਰਨ ਫਰੋਮ ਦੈਮ। ਜੇ ਉਹ ਆ ਗਏ ਨਾ, ਇਫ ਦੇ ਗੋਂ ਬੀ ਔਨ ਯੂਰ ਐਸ ਦੇ ਗੋਂ ਫੱਕ ਯੂ ਅਪ ਸੋ ਬੈਡਲੀ ਮੈਨ, ਟਰੱਸਟ ਮੀ, ਤੇਰੀ ਫੇਮ ਜੀ ਰਾਤੋਂ ਰਾਤ ਨਿਕਲ ਜਾਣੀ ਹੈ। ਉਹ ਤੋਂ ਅਗਲੀ ਗੱਲ, ਸ਼ੇਕ ਦਾ ਰੂਮ, ਉਹਦੀ ਮੇਰੀ ਆ ਰੀਲਾਂ ਥੱਲੇ ਜਿਹਦੇ ਥੱਲੇ ਕਮੈਂਟ ਕਰਦੇ ਹੋ, ਉਹ ਰੀਲ ਚੈੱਕ ਕਰੋ ਕਿ ਸ਼ੇਕ ਦਾ ਰੂਮ ਦੀ ਮੈਂ ਰੀਲ ਕਦੋਂ ਦੀ ਪਾਈ ਹੋਈ ਹੈ, ਕੰਟਰੋਵਰਸੀ ਤੋਂ ਬਾਅਦ 'ਚ ਪਾਈ ਹੈ ਕਿ ਕੰਟਰੋਵਰਸੀ ਤੋਂ ਪਹਿਲਾਂ ਪਾਈ ਹੈ। ਉਹ ਗਾਣਾ ਇੰਜਸਟਿਡ, ਇੰਜਸਟਿਡ ਗਾਣਾ ਮੈਂ ਬੰਦ ਕੀਤਾ ਕਿ ਲੋਕ ਆਹ ਨਾ ਕਹਿ ਦੇਣ ਕਿ ਫੇਮ ਸੀਕ ਕਰਦਾ ਕਿ ਹੁਣ ਇਹਨੇ ਆਪਦਾ ਗਾਣਾ ਸਿੱਟਣਾ। ਸਾਡੇ ਕੋਲ ਬਾਈ ਪੈਸੇ ਘੱਟ ਨੇ, ਅਸੀਂ ਫੇਮ 'ਚ ਵੀ ਬਹੁਤ ਘੱਟ ਹਾਂ ਦਿਲਜੀਤ ਨਾਲੋਂ, ਪਰ ਸਾਡੇ ਕੋਲ ਇੱਕ ਚੀਜ਼ ਦਿਲਜੀਤ ਨਾਲੋਂ ਵੱਡੀ ਹੈ, ਜ਼ਮੀਰ। ਉਹ ਜ਼ਮੀਰ ਦਾ ਸੌਦਾ ਮੈਂ ਕਦੇ ਵੀ ਨਹੀਂ ਕੀਤਾ, 4 ਸਾਲ ਹੋ ਗਿਆ ਗੇਮ 'ਚ, ਜਿੱਥੇ ਅੜਿਆ ਪੂਰਾ ਅੜਿਆ, ਬਦਲਿਆ ਨਹੀਂ, ਨਾ ਪਹਿਲਾਂ ਨਾ ਬਾਅਦ 'ਚ, ਠੀਕ ਹੈ। ਬਾਕੀ ਇੱਕ ਤੀੜ ਜਿਹੜੀ ਕਮੈਂਟ ਕਰਦੀ ਹੈ, ਜਦੋਂ ਕੱਲੂ ਤੁਹਾਡੇ ਆਪਦੇ ਜਵਾਕ ਪੱਗਾਂ ਬੰਨ੍ਹ ਕੇ ਕੰਨਾਂ 'ਚ ਨੱਤੀਆਂ ਪਾਉਣਗੇ, ਹੱਥਾਂ 'ਚ ਨੇਲ ਪੌਲਸ਼ਾਂ ਲਾਉਣਗੇ, ਫਰਾਕਾਂ ਪਾ ਕੇ ਨਿਕਲਣਗੇ, ਹੈ ਨਾ, ਉਦੋਂ ਤੁਸੀਂ ਆਪਦੇ ਮੂੰਹ ਅੰਦਰ ਕੱਜੋਗੇ, ਉਦੋਂ ਤੁਸੀਂ ਕਹੋਗੇ ਕਿ ਨਸੀਬ ਸਹੀ ਬੋਲਦਾ ਸੀ, ਉਦੋਂ ਤੁਸੀਂ ਆਹ ਚੀਜ਼ ਕਹੋਗੇ ਕਿ ਨਸੀਬ ਸੱਚ ਬੋਲਦਾ ਸੀ। ਹਾਂ ਚੀਜ਼ਾਂ ਹੈਗੀਆਂ ਨੇ, ਜਾ ਕੇ ਕਾਲਿਆਂ ਤੋਂ ਪੁੱਛੋ।
ਜਿਨ੍ਹਾਂ ਨੂੰ ਪਹਿਲਾਂ ਪਾਵਰ ਦਿੱਤੀ ਗਈ, ਫਿਰ ਉਹਨਾਂ ਦੀਆਂ ਸੋਲਾਂ ਖਰੀਦੀਆਂ ਗਈਆਂ, ਦੈਨ ਉਹਨਾਂ ਦੀ ਆਪਦੇ ਕਲਚਰ ਨੂੰ ਐਕਸਪਲੋਇਟ ਕੀਤਾ ਗਿਆ। ਹੁਣ ਉਹ ਬੰਦੇ ਸਮਝ ਗਏ ਨੇ, ਉਹ ਬੰਦੇ ਆਪਦੇ ਆਪ ਨੂੰ ਇੱਕ ਦੂਜੇ ਨੂੰ ਐਜੂਕੇਟ ਕਰ ਰਹੇ ਆ। ਟੂਪਾਕ ਨੇ ਸੇਮ ਟੌਕ ਕੀਤੀ, ਡਾਕਟਰ ਸਾਬੀ ਨੇ ਸੇਮ ਟੌਕ ਕੀਤੀ, ਨਿਪਸੀ ਹਸਲ ਨੇ ਸੇਮ ਟੌਕ ਕੀਤੀ। ਬੰਦੇ ਚੱਕੇ ਗਏ, ਬੰਦੇ ਚੱਕਤੇ, ਅਤੇ ਤੁਹਾਡੇ ਕੋਲੋਂ ਦੀਪ ਸਿੱਧੂ ਨਹੀਂ ਸਾਂਭਿਆ ਗਿਆ, ਤੁਹਾਡੇ ਕੋਲੋਂ ਸਿੱਧੂ ਮੂਸੇਵਾਲਾ ਨਹੀਂ ਸਾਂਭਿਆ ਗਿਆ। ਤੁਸੀਂ ਗੱਲਾਂ ਕਰਦੇ ਹੋ ਨਾ ਕਿ ਲਾਈਕ ਸਾਡੀ ਕੌਮ ਨੂੰ ਸਾਨੂੰ ਸੂਰਮੇ ਚਾਹੀਦੇ ਆ, ਤੁਹਾਡੇ ਕੋਲੋਂ ਸੂਰਮੇ ਸਾਂਭ ਨਹੀਂ ਹੁੰਦੇ ਕਿਉਂਕਿ ਤੁਸੀਂ ਸੂਰਮਿਆਂ ਨੂੰ ਸਭ ਤੋਂ ਵੱਡ ਦਿਸ ਕਰਦੇ ਹੋ, ਪਰ ਜਦੋਂ ਇਹ ਜਹਾਨ ਤੋਂ ਚਲੇ ਜਾਂਦੇ ਆ ਫਿਰ ਤੁਸੀਂ ਕਹਿਣ ਲੱਗ ਜਾਂਦੇ ਹੋ ਸ਼ਹੀਦ ਦੀਪ ਸਿੱਧੂ। ਜਦੋਂ ਬਾਈ ਇੱਥੇ ਸੀ ਉਦੋਂ ਟਰਾਲੀਆਂ 'ਚ ਲੁਕਦਾ ਫਿਰਦਾ ਸੀ, ਆਪਣੇ ਬੰਦਿਆਂ ਤੋਂ ਟਰਾਲੀਆਂ 'ਚ ਲੁਕਦਾ ਫਿਰਦਾ ਸੀਗਾ। ਮੈਨੂੰ ਕੋਈ ਠੇਕਾ ਨਹੀਂ ਲਿਆ, ਚਾਰ ਰਾਤਾਂ ਹੋ ਗਈਆਂ ਮੈਂ ਸੁੱਤਾ ਨਹੀਂ ਚੱਜ ਨਾਲ, ਸਾਲੇ ਮੂੰਹ 'ਤੇ ਦਿਖ ਰਹੀ ਹੈ ਉਹ ਚੀਜ਼। ਉਹ ਤਾਂ ਨਹੀਂ ਮੈਂ ਕਰ ਰਿਹਾ ਕਿ ਲਾਈਕ ਮੇਰੇ ਫੋਲੋਅਰ ਵਧਣੇ ਆ, ਮੇਰੇ ਗਾਣੇ ਚੱਲਣ। ਆਮ ਡੂਇੰਗ ਦਿਸ ਫੋਰ ਯੂ। ਜਿਹੜੇ ਲੋਕ ਸੁੱਤੇ ਪਏ ਨਾ ਉਹਨਾਂ ਵਾਸਤੇ ਕਰ ਰਿਹਾ, ਜਿਹੜੇ ਮੇਰੇ 'ਤੇ ਮੀਮਾਂ ਪਾ ਰਹੇ ਆ ਉਹ ਪਾ ਰਹੇ ਆ। ਸੋਨਾਲੀ ਇਜ਼ ਅ ਨੋਨ ਪੰਜਾਬੀ, ਸ਼ੀ ਕਾਂਟ ਐਕਸਪਲੇਨ ਵਟ ਪੰਜਾਬ ਇਜ਼, ਨੈਵਰ ਕੈਨ, ਨੈਵਰ। ਸੋਨਾਲੀ ਨੇ ਉਹ ਚੀਜ਼ ਨਹੀਂ ਦੇਖੀ ਜੋ ਪੰਜਾਬ ਨੇ ਦੇਖੀ ਹੈ। ਅਤੇ ਦਿਲਜੀਤ ਐਡਾ ਹੀ ਹਮੈਤੀ ਆ ਨਾ, ਤੇਰਾ ਆਪਦਾ ਜਨਮ ਦਿਲਜੀਤ 84 ਦਾ ਵਾ। ਆਪਦੇ ਘਰਦਿਆਂ ਨੂੰ ਪੁੱਛ ਲਈ, ਆਪਦੇ ਮਾਂ ਪਿਓ ਨੂੰ, ਜਿਨ੍ਹਾਂ ਤੋਂ ਤੂੰ ਕਹਿੰਦਾ ਕਿ ਤੂੰ ਅਨਲਿੰਕਡ ਆ ਨਾ, ਉਹਨਾਂ ਨੂੰ ਪੁੱਛ ਕੇ ਦੇਖੀ ਕਿ 84 'ਚ ਕੀ ਹੋਇਆ ਸੀਗਾ। ਮੈਨੂੰ ਮੇਰੇ ਮਾਂ ਪਿਓ ਨੇ ਦੱਸਿਆ ਸੀ, ਮੈਂ ਉਦੋਂ ਸੀਗਾ ਨਹੀਂ, ਸਟਿੱਲ ਮੈਨੂੰ ਉਹ ਪੇਨ ਪਤਾ। ਅਤੇ ਮੈਨੂੰ ਕਹਿੰਦੇ ਹੋ ਕਿ ਮੈਂ ਕਮਿਊਨਿਟੀ ਵਾਸਤੇ ਕੀ ਕੀਤਾ, ਸਰਚ ਕਰਕੇ ਦੇਖੋ, ਕਿਸੇ ਲੇਬਲ ਨਾਲ ਸਾਈਨ ਨਹੀਂ, ਯੂਟਿਊਬ 'ਤੇ ਸਾਰੀਆਂ ਵੀਡੀਓ ਪਈਆਂ, ਚੈੱਕ ਕਰਕੇ ਦੇਖਿਓ ਕੀ ਪਿਆ ਉੱਥੇ, ਕੀ ਕੀਤਾ ਮੈਂ ਕੌਮ ਵਾਸਤੇ ਅਤੇ ਕੀ ਕਰੂੰਗਾ ਗਾਹਾਂ ਕੌਮ ਵਾਸਤੇ, ਮੈਨੂੰ ਪਤਾ। ਯੂ ਵਾਂਟ ਟੂ ਸਪੋਰਟ ਅ ਬਿਚ, ਮੈਨ ਸਪੋਰਟ ਅ ਬਿਚ, ਆਈ ਡੋਂਟ ਲਾਈ, ਮੈਨੂੰ ਕੋਈ ਕੇਅਰ ਨਹੀਂ ਗੀ, ਆਹ ਲਾਈਫ ਮੇਰਾ ਸਟਰੇਟ ਆ। ਸੁਲਤਾਨ ਤੇਰੇ ਵਾਸਤੇ ਵੀ, ਉਦਣ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦੇ, ਆਮ ਗੋਨਾ ਸੀ ਯੂ ਬਰੋ, ਆਈ ਲਿਵ ਇਨ ਸਰੀ, ਪੁੱਲ ਅਪ ਐਨੀ ਟਾਈਮ, ਆਮ ਗੋਨਾ ਸੀ ਯੂ, ਕੋਈ ਜਗਾਡਾ ਨਹੀਂ। ਬਟ ਆਮ ਨੋਟ ਅ ਬਿਚ ਲਾਈਕ ਯੂ ਗਾਈਜ਼, ਮੈਂ ਪ੍ਰਟੈਂਡ ਨਹੀਂ ਕਰਦਾ, ਦੇਖ ਕੇ ਚੀਜ਼ਾਂ ਇਗਨੋਰ ਨਹੀਂ ਕਰਦਾ। ਹੋਪ ਯੂ ਗੋ ਅੰਡਰਸਟੈਂਡ। ਬਾਏ।